ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਂਝ ਪੈ ਰਹੀ ਹੈ ਜੀ ਅਸਥਾਨ ਜਿੱਥੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਮਹਾਰਾਜ ਅਤੇ ਮਾਤਾ ਗੁਜਰ ਕੌਰ ਜੀ ਦਾ ਆਨੰਦ ਕਾਰਜ ਹੋਇਆ। ਇਹ ਕਰਤਾਰਪੁਰ ਵਿੱਚ ਹੈ ਜੋ ਜਲੰਧਰ ਦੇ ਕੋਲ ਹੈ। ਮਾਤਾ ਗੁਜਰ ਕੌਰ ਜੀ ਦਾ ਜਿਹੜਾ ਪ੍ਰਕਾਸ਼ ਹੈ ਨਾ, ਇਹ 1624 ਦੇ ਵਿੱਚ ਗੁਰੂ ਘਰ ਦੇ ਅਨਨ ਸੇਵਕ ਜਿਹੜੇ ਆ ਭਾਈ ਲਾਲ ਚੰਦ ਅਤੇ ਬਿਸ਼ਨ ਕੌਰ ਜੀ ਉਹਨਾਂ ਦੇ ਘਰ ਹੁੰਦਾ। ਬਚਪਨ ਵੀ ਗੁਰੂ ਘਰ ਦੇ ਪ੍ਰੇਮ ਦੇ ਵਿੱਚ ਅਤੇ ਧੀ ਜਿਹੜੀ ਵਿਆਹੁਣ ਦੀ ਉਮਰ ਦੀ ਹੋ ਗਈ ਆ, ਮਾਂ ਪਿਓ ਦੇ ਮਨ ਦੇ ਵਿੱਚ ਆਇਆ ਕਿ ਕੋਈ ਯੋਗ ਵਰ ਹੋਵੇ, ਕਿਉਂਕਿ ਇਹਦੇ ਸੁਭਾਅ ਦੇ ਵਿੱਚ ਸਦਗੁਣ ਬਹੁਤ ਚੰਗੇ ਗੁਣ ਹਨ, ਠੰਡਾ ਧੀਰਾ ਸੁਭਾਅ ਹੈ ਔਰ ਆਪਣੇ ਨਾਮ ਦੀ ਪ੍ਰੋੜਤਾ ਕਰਦਾ ਹੈ। ਗੁਜਰੀ ਨਾਮ ਦਾ ਮਤਲਬ ਹੁੰਦਾ ਹੈ ਕਿ ਕਿਸੇ ਨੂੰ ਸੁੱਖ ਦੇਣਾ, ਅਤੇ ਯਾਦ ਰੱਖਣਾ ਕਿਸੇ ਨੂੰ ਸੁੱਖ ਦੇਣ ਲਈ ਬਹੁਤ ਵਾਰ ਆਪ ਨੂੰ ਦੁੱਖ ਵਿੱਚੋਂ ਲੰਘਣਾ ਪੈਂਦਾ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਸੂਰਜਮੱਲ ਜੀ ਦਾ ਆਨੰਦ ਕਾਰਜ ਕਰਤਾਰਪੁਰ ਹੁੰਦਾ ਨਾ, ਤਾਂ ਉਸ ਵੇਲੇ ਇਹ ਤੇਗਮੱਲ ਜੀ ਜਿਹੜੇ ਆ ਗੁਰੂ ਤੇਗ ਬਹਾਦਰ ਜੀ, ਇਹ ਉਸ ਵਿਆਹ 'ਚ ਸ਼ਾਮਿਲ ਹੋਏ। ਇਹਨਾਂ ਨੂੰ ਵੇਖ ਕੇ ਲਾਲ ਚੰਦ ਜੀ ਹੋਣਾਂ ਦੇ ਮਨ 'ਚ ਆਇਆ ਕਿ ਇਹੀ ਯੋਗਵਾਰ ਹੈ ਸਾਡੀ ਸਪੁੱਤਰੀ ਗੁਜਰੀ ਵਾਸਤੇ, ਅਤੇ ਆਪਾਂ ਗੱਲ ਕਰੀਏ। ਭਾਵੇਂ ਕਿ ਹੁਣ ਦੇਖੋ ਉਹ ਸੇਵਕ ਹਨ, ਇੱਧਰ ਗੁਰੂ ਸਾਹਿਬ ਦਾ ਪੁੱਤਰ ਹੈ, ਔਰ ਪਰ ਉਹਨਾਂ ਨੇ ਗੁਰੂ ਸਾਹਿਬ ਅੱਗੇ ਜਦੋਂ ਬੇਨਤੀ ਕੀਤੀ, ਗੁਰੂ ਸਾਹਿਬ ਨੇ ਉਸੇ ਵੇਲੇ ਹੀ ਪ੍ਰਵਾਨ ਕਰ ਲਈ। ਇਤਿਹਾਸ 'ਚ ਇਹ ਵੀ ਲਿਖਿਆ ਹੁੰਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਉਮਰ ਜਿਹੜੀ ਆ ਮਾਤਾ ਗੁਜਰ ਕੌਰ ਜੀ ਤੋਂ 2 ਸਾਲ ਛੋਟੀ ਸੀਗੀ। ਇਹ 1632 ਦੀ ਗੱਲ ਹੈ ਜਦੋਂ ਫਿਰ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਮਹਾਰਾਜ ਮੀਰੀ ਪੀਲੀ ਦੇ ਮਾਲਕ ਚੋਜੀ ਸਤਿਗੁਰੂ ਜੀ ਆਪਣੇ ਪੁੱਤਰ ਜਿਨ੍ਹਾਂ ਨੂੰ ਅਸੀਂ ਪਿਆਰ ਸਤਿਕਾਰ ਨਾਲ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਕਹਿੰਦੇ ਹਾਂ, ਉਹਨਾਂ ਦੀ ਬਰਾਤ ਲੈ ਕੇ ਚੜ੍ਹਦੇ ਹਨ। ਅਤੇ ਤੁਸੀਂ ਦੇਖੋ ਉਸ ਵੇਲੇ ਦਾ ਅਲੌਕਿਕ ਨਜ਼ਾਰਾ ਕਿਹੜਾ ਹੋਵੇਗਾ ਜਦੋਂ ਗੁਰੂ ਸਾਹਿਬ ਆਪ ਘੋੜੇ 'ਤੇ ਜਾ ਰਹੇ ਆ ਔਰ ਆਪਣੇ ਪੁੱਤਰ ਦੀ ਬਰਾਤ ਵਿੱਚ ਜਾ ਰਹੇ ਆ। ਹੁਣ ਆਹ ਤਾਂ ਹਰ ਇੱਕ ਦੀ ਬਰਾਤ ਦੇ ਵਿੱਚ ਪੜ੍ਹਿਆ ਜਾਂਦਾ, ਵਿਆਹ 'ਚ ਜਾਂਦੇ ਹੀ ਉੱਥੇ ਜਾ ਕੇ ਬੈਠਦੇ ਆ, ਅਤੇ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ। ਅੱਗੇ ਭਾਵੇਂ ਉਹਦੇ ਕੇਸ ਵੀ ਹੋਣ ਨਾ ਹੋਣ, ਉਹਨੇ ਅੰਮ੍ਰਿਤ ਛਕਿਆ ਹੋਵੇ ਨਾ ਛਕਿਆ ਹੋਵੇ, ਇਹ ਨਹੀਂ ਪਤਾ ਉਹ ਬਰਾਤ ਰਸਤੇ ਦੇ ਵਿੱਚ ਕਿਹੜੇ ਠੇਕੇ 'ਤੇ ਖਲੋ ਕੇ ਆਈ ਆ, ਇਹ ਵੀ ਨਹੀਂ ਪਤਾ ਕਿ ਉਹ ਬਰਾਤ ਜਿਹੜੀ ਆ ਕਿਹੜੇ ਕਿਹੜੇ ਕਰਮ ਰਸਤੇ 'ਚ ਕਰਦੀ ਆਈ ਆ, ਔਰ ਉਹਨੂੰ ਆਉਂਦਿਆਂ ਹੀ ਰਾਗੀ ਸਿੰਘ ਸਤਿਕਾਰ ਦੇਣ ਲੱਗ ਪੈਂਦੇ ਆ ਜੀ, ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ ਜੀ। ਉਸ ਸੱਚੇ ਪਰਮੇਸ਼ਰ ਨੇ ਕਾਜ ਰਚਾਇਆ ਅਤੇ ਗੁਰਮੁਖ ਵਿਆਹੁਣ ਆਇਆ ਹੈ। ਉਹ ਗੁਰਮੁਖ ਤਾਂ ਉਹ ਹੁੰਦਾ ਹੈ ਜਿਹਦਾ ਮੁੱਖ ਗੁਰੂ ਵੱਲ ਨੂੰ ਹੋਵੇ, ਜਿਹਦਾ ਮੁੱਖ ਗੁਰੂ ਵੱਲ ਨੂੰ ਆ ਉਹਦਾ ਮਤਲਬ ਆ ਕਿ ਉਹ ਗੁਰੂ ਦੇ ਹੁਕਮ ਦੇ ਵਿੱਚ ਉਹਦੀ ਰਹਿਣੀ ਬਹਿਣੀ ਕਹਿਣੀ ਸਹਿਣੀ ਸਭ ਕੁਝ ਗੁਰੂ ਹੈ, ਉਹਦਾ ਆਦਿ ਅੰਤ ਗੁਰੂ ਹੈ, ਉਹਦਾ ਸਵੇਰ ਦੇ ਉੱਠਣ ਤੋਂ ਸੌਣ ਤੱਕ ਸੌਣ ਤੋਂ ਉੱਠਣ ਤੱਕ ਉਹਦਾ ਹੈ ਹੀ ਗੁਰੂ ਆ, ਗੁਰੂ ਤੋਂ ਇਲਾਵਾ ਉਹਦਾ ਕੁਛ ਹੈ ਹੀ ਨਹੀਂ। ਸਭ ਤੋਂ ਵਧੀਆ ਸਿਚੁਏਸ਼ਨ ਇਹੀ ਸੀਗੀ ਜਦੋਂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹੋਣਗੇ, ਉਹ ਬੈਠੇ ਹੋਣਗੇ ਔਰ ਉਹਨਾਂ ਦੀ ਹਜ਼ੂਰੀ 'ਚ ਆਨੰਦ ਕਾਰਜ ਹੋ ਰਿਹਾ ਹੋਏਗਾ ਤੇਗ ਬਹਾਦਰ ਜੀ ਦਾ ਅਤੇ ਮਾਤਾ ਗੁਜਰ ਕੌਰ ਜੀ ਦਾ। ਹਾਂ, ਉਦੋਂ ਇਹ ਸ਼ਬਦ ਵੀ ਸੁਣਦਾ ਕਿ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ, ਅਤੇ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਵੀ ਇਹ ਕੁਰੀਤੀਆਂ ਤਿਆਗੀਏ, ਗੁਰੂ ਵਾਲੇ ਤਾਂ ਹੀ ਹੋ ਸਕਾਂਗੇ ਜੇ ਗੁਰੂ ਸਾਹਿਬ ਦੇ ਕਹਿਣੇ 'ਚ ਆਵਾਂਗੇ। ਮੈਂ ਲੱਖ ਵਾਰੀ ਦਾਅਵੇ ਕਰੀ ਜਾਵਾਂ ਮੈਂ ਸਿੱਖ ਹਾਂ, ਇਹਦੇ ਨਾਲ ਫਰਕ ਨਹੀਂ ਪੈਂਦਾ। ਕਹਿਣ ਨੂੰ ਮੈਂ ਲੋਕਾਂ ਨੂੰ ਕਹੀ ਜਾਵਾਂਗਾ ਮੈਂ ਡਾਕਟਰ ਹਾਂ, ਮੈਂ ਡਾਕਟਰ ਬਣ ਜਾਵਾਂਗਾ। ਕਹਿਣ ਨੂੰ ਮੈਂ ਕਹੀ ਜਾਵਾਂਗਾ ਮੈਂ ਵਕੀਲ ਹਾਂ, ਕੀ ਮੈਂ ਵਕੀਲ ਬਣ ਜਾਵਾਂਗਾ। ਕਹਿਣ ਨੂੰ ਮੈਂ ਕਹੀ ਜਾਵਾਂਗਾ ਮੈਂ ਜੱਜ ਹਾਂ, ਕੀ ਜੱਜ ਬਣ ਜਾਵਾਂਗਾ। ਨਹੀਂ, ਇੱਕ ਡਿਗਰੀ ਹੈ, ਇੱਕ ਲੈਣੀ ਪੈਣੀ ਆ। ਗੁਰਸਿੱਖੀ ਦੀ ਡਿਗਰੀ ਉਹੀ ਆ ਜਿਹੜਾ ਗੁਰੂ ਨੂੰ ਪ੍ਰਵਾਨ ਹੋ ਗਿਆ, ਜਿਹਦਾ ਮੁੱਖ ਗੁਰੂ ਵੱਲ ਨੂੰ ਹੋ ਗਿਆ। ਆਨੰਦ ਕਾਰਜ ਹੁੰਦਾ ਵਾ, ਗਰੀਬ ਅਮੀਰ ਗੁਰੂ ਚੇਲੇ ਸਾਰੇ ਇਕੱਠੇ ਬੈਠ ਕੇ ਉਹ ਜਿਹੜੀਆਂ ਸਮਾਜਿਕ ਕਦਰਾਂ ਕੀਮਤਾਂ ਪਹਿਲਾਂ ਚੱਲਦੀਆਂ ਸੀ ਉਹਨਾਂ ਨੂੰ ਚੈਲੰਜ ਕਰਦਿਆਂ ਹੋਇਆ ਉਹ ਆਨੰਦ ਕਾਰਜ ਹੋਇਆ। ਅੱਜ ਵੀ ਤਾਂ ਹੁੰਦਾ ਨਾ, ਗੁਰਸਿੱਖਾਂ ਦੇ ਵਿਆਹ ਹੁੰਦੇ ਆ, ਸਾਦੇ ਬਰਾਤ 'ਚ ਗਏ ਵੀ ਥੱਲੇ ਬੈਠ ਕੇ ਪ੍ਰਸ਼ਾਦਾ ਛਕਦੇ ਆ, ਕਰਦੇ ਨਾ ਸਮਾਜ ਦੇ ਜਿਹੜੇ ਆ ਬਣਿਆ ਹੋਇਆ ਅੱਜ ਕੱਲ੍ਹ ਦਾ ਪੈਲਸ ਕਲਚਰ ਉਹਨੂੰ ਚੈਲੰਜ ਕਰਦੇ ਹਨ। ਇੱਦਾਂ ਹੀ ਗੁਰੂ ਸਾਹਿਬ ਨੇ ਉਸ ਟਾਈਮ ਦੇ ਕਲਚਰ ਨੂੰ ਚੈਲੰਜ ਕੀਤਾ, ਸਾਦਗੀ ਵਾਲਾ ਵਿਆਹ ਕੀਤਾ, ਉਹ ਆਨੰਦ ਕਾਰਜ ਹੁੰਦਾ ਹੈ ਉੱਥੇ। ਤਾਂ ਉਸ ਤੋਂ ਬਾਅਦ 'ਚ ਲਾਲ ਚੰਦ ਜੀ ਜਦੋਂ ਆ ਕੇ ਗੁਰੂ ਸਾਹਿਬ ਅੱਗੇ ਸਿਰ ਨਵਾ ਕੇ ਖੜ੍ਹੇ ਹੋ ਜਾਂਦੇ ਹਨ, ਕਹਿੰਦੇ ਗੁਰੂ ਸਾਹਿਬ ਜੀ ਮੈਂ ਆਪ ਜੀ ਦੀ ਬਰਾਤ ਦੀ ਸੇਵਾ ਨਹੀਂ ਕਰ ਸਕਿਆ। ਤਾਂ ਗੁਰੂ ਸਾਹਿਬ ਨੇ ਉਸ ਵੇਲੇ ਉਹਨਾਂ ਨੂੰ ਗੱਲ ਵਕੜੀ ਲਾਇਆ, ਆਪਣੇ ਚੇਲੇ ਤੋਂ ਜਿਹੜਾ ਇਹ ਇੱਕ ਸੰਬੰਧੀਆਂ ਵਾਲਾ ਨਾਤਾ ਜੁੜਿਆ। ਧੰਨ ਹੋ ਗਏ ਲਾਲ ਚੰਦ ਜੀ, ਧੰਨ ਹੋ ਗਏ ਬਿਸ਼ਨ ਕੌਰ ਜੀ, ਜਿਨ੍ਹਾਂ ਦੀ ਧੀ ਫਿਰ ਗੁਰੂ ਪੁੱਤਰ ਬਾਅਦ 'ਚ ਗੁਰੂ ਬਣਨ ਵਾਲੇ ਗੁਰੂ ਤੇਗ ਬਹਾਦਰ ਜੀ ਦੇ ਨਾਲ ਆਨੰਦ ਕਾਰਜ ਹੁੰਦਾ। ਉਸ ਮਾਤਾ ਗੁਜਰੀ ਨੇ 81 ਸਾਲ 81 ਈਅਰਸ ਦੀ ਆਪਣੀ ਜ਼ਿੰਦਗੀ ਬਤੀਤ ਕੀਤੀ ਆ, ਔਰ ਹਰ ਤਰ੍ਹਾਂ ਦੀਆਂ ਪ੍ਰੀਖਿਆਵਾਂ ਦੇ ਵਿੱਚੋਂ ਉਹਨਾਂ ਨੂੰ ਲੰਘਣਾ ਪਿਆ।
ਉਹ ਧੰਨ ਮਾਤਾ ਗੁਜਰ ਕੌਰ ਜੀ ਇੱਕ ਸਫਲ ਨੂੰਹ ਬਣ ਕੇ ਦਿਖਾਉਂਦੇ ਹਨ, ਸਫਲ ਪਤਨੀ, ਸਫਲ ਮਾਂ, ਸਫਲ ਸੱਸ, ਸਫਲ ਦਾਦੀ, ਇਹੋ ਜਿਹੇ ਬਹੁਤ ਥੋੜ੍ਹੇ ਹੁੰਦੇ ਹਨ ਜਿਨ੍ਹਾਂ ਦੇ ਉੱਤੇ ਐਸੀ ਕਿਰਪਾ ਹੁੰਦੀ ਹੈ। ਕਿੰਨੇ ਭਾਗਾਂ ਵਾਲੇ ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਦੇ ਸਹੁਰਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ, ਪਤੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਪੁੱਤਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਪਤੀ ਸ਼ਹੀਦ ਹੁੰਦੇ ਹਨ, ਚਾਰੇ ਪੋਤਰੇ ਸਾਹਿਬਜ਼ਾਦੇ ਚਾਰ ਉਹ ਵੀ ਸ਼ਹੀਦ ਹੁੰਦੇ ਹਨ, ਉਹਨਾਂ ਦੇ ਆਪਣੇ ਭਰਾ ਕਿਰਪਾਲ ਚੰਦ ਜੀ ਸ਼ਹੀਦ ਹੁੰਦੇ ਹਨ, ਉਹਨਾਂ ਦੇ ਨਨਾਣ ਲੱਗਦੇ ਹਨ ਬੀਬੀ ਵੀਰੋ ਜੀ, ਔਰ ਉਹਨਾਂ ਦੇ ਪੰਜ ਪੁੱਤਰ ਸੰਗੋ ਸ਼ਾਹ, ਗੁਲਾਬ ਚੰਦ, ਜੀਤਮਲ, ਗੰਗਾ ਰਾਮ, ਮੋਹਰੀ ਚੰਦ, ਇਹ ਸਾਰੇ ਸ਼ਹੀਦ ਹੋਏ ਹਨ। ਐਸੇ ਭਾਗਾਂ ਵਾਲੀ ਮਾਤਾ ਮਾਂ ਗੁਜਰੀ, ਉਹਨਾਂ ਦਾ ਆਨੰਦ ਕਾਰਜ ਇਸ ਕਰਤਾਰਪੁਰ ਵਿਖੇ ਹੋਇਆ। ਇੱਥੇ ਹੀ ਉਹਨਾਂ ਦਾ ਪਹਿਲਾਂ ਪੁਰਾਤਨ ਘਰ ਵੀ ਦੱਸਿਆ ਜਾਂਦਾ ਹੈ, ਹੁਣ ਇੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਹੋਈਆਂ ਭੁੱਲਾਂ ਦੀ ਮੁਆਫ਼ੀ ਜੀ। ਵੀਡੀਓ ਸ਼ੇਅਰ ਜ਼ਰੂਰ ਕਰਨਾ। ਵੈਬਸਾਈਟ ਨਿਸ਼ਾਨ ਸਿੰਘ ਆਸਟ੍ਰੇਲੀਆ.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।